ਚੰਡੀਗੜ੍ਹ ਮੇਅਰ ਨੂੰ ਇਲੈਕਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਮਾਮਲਾ ਜਿਹੜਾ ਕੋਰਟ ਦੇ ਵਿੱਚ ਪਹੁੰਚਿਆ ਔਰ ਉਹਦੇ ਬਾਅਦ ਅੱਜ ਬੀਜੇਪੀ ਦੇ ਵਿੱਚ ਕਈ ਕਾਂਗਰਸੀ ਔਰ ਆਪ ਦੇ ਵਰਕਰ ਜਿਹੜੇ ਸ਼ਾਮਿਲ ਹੁੰਦੇ ਨੇ। ਸਾਡੇ ਨਾਲ ਬੀਜੇਪੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਾਂਗੇ। ਸਰ, ਕਿਸ ਤਰੀਕੇ ਨੂੰ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਸਰ, ਕਿਸ ਤਰੀਕੇ ਨੂੰ ਦੇਖ ਰਹੇ ਹੋ ਅੱਜ ਜਿਵੇਂ ਇਲੈਕਸ਼ਨਸ ਨੂੰ ਹੋਇਆ, ਇਲੈਕਸ਼ਨਸ ਤੋਂ ਬਾਅਦ ਕੋਰਟ ਨੇ ਵੀ ਅਗਲੀ ਤਰੀਕ ਜਿਹੜੀ 23 ਜਨਵਰੀ ਦੇ ਦਿੱਤੀ ਔਰ ਉਹਦੇ ਬਾਅਦ ਹੁਣ ਤੁਹਾਡੇ ਵਿੱਚ ਕੌਂਸਲਰ ਜਿਹੜੇ ਨੇ ਜਿਹੜੇ ਵਰਕਰ ਨੇ ਉਹ ਸ਼ਾਮਿਲ ਹੁੰਦੇ ਨੇ, ਕਿਸ ਤਰੀਕੇ ਦਾ ਵਰਤੀਰਾ ਇਹਨਾਂ ਦਾ? ਸਰ, ਇੱਦਾਂ ਦੇਖੋ, ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਰਕਰ ਦਾ ਕੀ ਸਨਮਾਨ ਹੁੰਦਾ ਔਰ ਵਰਕਰ ਨੂੰ ਕਿੱਦਾਂ ਅਪਰਚੁਨਿਟੀ ਮਿਲਦੀ ਹੈ, ਉਹਨੂੰ ਦੇਖਦੇ ਹੋਏ ਅੱਜ ਸਾਰਾ ਯੂਥ, ਸਾਰਾ ਹਿੰਦੁਸਤਾਨ ਦਾ ਯੂਥ ਔਰ ਹਿੰਦੁਸਤਾਨ ਦਾ ਹੋਰ ਪਾਰਟੀਆਂ ਦਾ ਵਰਕਰ ਔਰ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦਾ ਔਰ ਚਾਹੁੰਦਾ ਭਾਰਤੀ ਜਨਤਾ ਪਾਰਟੀ ਇਸ ਵਿਸ਼ਵ ਦੀ ਸਭ ਨਾਲੋਂ ਵੱਡੀ ਪਾਰਟੀ ਹੈ ਅਤੇ ਹਰ ਬੰਦਾ ਅੱਛੀ ਪਾਰਟੀ ਨਾਲ ਜੁੜਨਾ ਚਾਹੁੰਦਾ। ਔਰ ਇਹਦੇ ਵਿੱਚ ਕਿੰਨੇ ਤੁਹਾਡੇ ਵਰਕਰ ਸ਼ਾਮਿਲ ਹੁੰਦੇ ਨੇ ਔਰ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਲੈਕਸ਼ਨਸ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਇਲੈਕਸ਼ਨਸ ਹਲੇ ਟਲ ਚੁੱਕੀਆਂ ਔਰ ਜਿਹੜੇ ਦੂਸਰੇ ਅਲਾਇੰਸ, ਇੰਡੀਆ ਅਲਾਇੰਸ ਜਿਹੜੇ, ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਦੀ ਸੋਚੀ ਸਮਝੀ ਸਾਜਿਸ਼ ਆ ਜਿਸ ਤੋਂ ਬਾਅਦ ਪ੍ਰੈਜ਼ੀਡੈਂਟ ਕੋਲ ਸਾਡੇ ਬਿਮਾਰ ਹੋ ਗਏ। ਕੇਜਰੀਵਾਲ ਜੀ 40 ਕਰੋੜ ਰੁਪਏ ਆਪਣੇ ਘਰ 'ਤੇ ਲਾ ਦਿੰਦੇ ਆ ਔਰ ਲੋਕਾਂ ਨੂੰ ਚੋਰ ਕਹੀ ਜਾਂਦੇ। ਹਾਂਜੀ, 50,000 ਕਰੋੜ ਰੁਪਇਆ ਲੋਨ ਲੈ ਲਿਆ ਔਰ 10,000 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਲਾਤੀ ਭਗਤ ਮਾਨ ਜੀ ਨੇ। ਇਹ ਕਿਹੜਾ ਕਰੈਕਟਰ ਹੈ, ਕਿੱਥੇ ਲਿਖਿਆ ਇਹ ਵਾਲੀ ਗੱਲ ਵੀ ਤੁਸੀਂ ਲੋਨ ਲੈ ਕੇ ਐਡਵਰਟਾਈਜ਼ਮੈਂਟ ਲਗਾਓ ਆਪਣੀ? ਇਹ ਲਿਖਿਆ ਕਿਤੇ ਪ੍ਰਿੰਸੀਪਲ ਦੇ ਵਿੱਚ? ਅਤੇ ਪੰਜਾਬ ਨੂੰ ਗਿਰਵੀ ਕਰ ਦਿਉ ਔਰ ਜਹਾਜ਼ਾਂ 'ਚ ਘੁੰਮੋ। ਦੱਸੋ, ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ 'ਚ ਇਨਫਰਾਸਟ੍ਰਕਚਰ ਪ੍ਰੋਜੈਕਟ ਕਿਹੜਾ ਹੋਇਆ? ਇੱਕ ਅੱਧਾ ਨਾਮ ਲਓ, ਕੋਈ ਸੜਕ ਨਵੀਂ ਬਣਾਤੀ, ਕੋਈ ਪੁੱਲ ਬਣਾਤਾ ਜਾਂ ਹੋਰ ਕੁਝ ਕਰਤਾ? ਔਰ ਜਿਸ ਤਰੀਕੇ ਦੇ ਨਾਲ ਹੁਣ ਕੌਂਸਲਰ ਜਿਹੜੇ ਨੇ ਕ੍ਰੋਸ ਵੋਟਿੰਗ ਦਾ ਡਰ ਇੱਕ ਪਾਸੇ ਦੋਨਾਂ ਪਾਰਟੀਆਂ ਨੂੰ ਸਤਾ ਰਿਹਾ, ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਨੂੰ ਦੇਖ ਕੇ ਅਗਰ ਕੋਈ ਬੰਦਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਦਾ ਤੇ ਉਹਦੀ ਮਰਜ਼ੀ ਹੈ, ਵੀ ਅਸੀਂ ਨਹੀਂ ਇਹਦੇ 'ਚ ਕੁਛ ਕਰ ਸਕਦੇ। ਠੀਕ ਹੈ ਨਾ? ਧੰਨਵਾਦ ਜੀ। ਤਾਂ ਇਸ ਤਰੀਕੇ ਨਾਲ ਗੱਲ ਕਰੀਏ ਤਾਂ ਕਾਂਗਰਸ ਔਰ ਆਪ ਦੇ ਵਿੱਚੋਂ ਟੁੱਟ ਕੇ ਕਈ ਕਾਂਗਰਸ ਜਿਹੜੇ ਵਰਕਰ ਨੇ ਉਹ ਬੀਜੇਪੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸ਼ਾਮਿਲ ਹੋਏ ਨੇ ਔਰ ਲਗਭਗ 200 ਦੀ ਜਿਹੜੀ ਨਫਰੀ ਦੱਸੀ ਜਾ ਰਹੀ, ਜਿਸ ਤੋਂ ਵੱਧ ਜਿਹੜੀ ਨਫਰੀ ਆ ਉਹ ਵਰਕਰ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਸਿੱਧੇ ਤੌਰ ਦੇ ਉੱਪਰ ਜਿਹੜੇ ਬੀਜੇਪੀ ਦੇ ਚੰਡੀਗੜ੍ਹ ਪ੍ਰਧਾਨ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਘਰਾਂ ਦੇ ਵਿੱਚ ਜਾਂ ਹਾਊਸ ਅਰੈਸਟ ਕੀਤਾ ਗਿਆ ਜਾਂ ਫਿਰ ਹੋਟਲਾਂ ਦੇ ਵਿੱਚ ਰੱਖਿਆ ਗਿਆ, ਉਹ ਉਹਨਾਂ ਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ ਤਾਂ ਜੋ ਪਤਾ ਲੱਗ ਸਕੇ ਕਿ ਵੋਟਾਂ ਜਿਹੜੀਆਂ ਉਹ ਕਿਸ ਦੇ ਹੱਕ ਦੇ ਵਿੱਚ ਆਉਂਦੀਆਂ ਅਤੇ ਔਰ ਮੇਅਰ ਜਿਹੜਾ ਕਿਸ ਦਾ ਬੰਦਾ। ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।